73 ਅਤੇ 32 ਬਟਾਲੀਅਨ ਵੱਲੋਂ BSF ਦਾ 54ਵਾਂ ਸਥਾਪਨਾ ਦਿਵਸ ਧੂਮਧਾਮ ਨਾਲ ਮਨਾਇਆ ਗਿਆ। ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰ ਰਹੀ BSF ਵੱਲੋਂ ਆਪਣਾ 54ਵਾਂ ਸਥਾਪਨਾ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਦੇ ਚਲਦਿਆਂ ਹੀ BSF 73 ਅਤੇ 32 ਬਟਾਲੀਅਨ ਵੱਲੋਂ ਕਮਾਂਡੈਂਟ ਬਲਰਾਜ ਸਿੰਘ ਅਤੇ ਕਮਾਂਡੈਂਟ ਪ੍ਰਣੇ ਕੁਮਾਰ ਦੀ ਅਗਵਾਈ ਵਿੱਚ ਰੰਗਾਰੰਗ ਪ੍ਰੋਗਰਾਮ ਕਰਵਾਇਆ ਗਿਆ। ਸਮਾਗਮ ਵਿੱਚ ਜੁਡੀਸ਼ੀਅਲ ਮੈਜਿਸਟਰੇਟ ਸਿੰਕੂ ਕੁਮਾਰ ਅਤੇ ਰਾਮਪਾਲ ਤੋਂ ਇਲਾਵਾ ਡਿਪਟੀ DPI ਕਾਲਜਾਂ ਡਾਕਟਰ HS ਭੱਲਾ ਨੇ ਵਿਸ਼ੇਸ਼ ਤੌਰ ਉੱਤੇ ਸ਼ਿਰਕਤ ਕੀਤੀ। ਇਸ ਮੌਕੇ BSF ਜਵਾਨਾਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਕੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ ਗਿਆ। ਮੁਟਿਆਰਾਂ ਵੱਲੋਂ ਪੇਸ਼ ਕੀਤਾ ਗਿਆ ਗਿੱਧਾ ਅਤੇ ਭੰਗੜਾ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ। ਅਜਨਾਲਾ ਤੋਂ ਅਜੀਤ ਵੈੱਬ TV ਲਈ ਗੁਰਪ੍ਰੀਤ ਸਿੰਘ ਢਿੱਲੋਂ ਦੀ ਰਿਪੋਰਟ। ਡਰਦੇ ਬਲਾਸਟ ਨੇ ਦਬਦੇ ਨਾ ਬੱਲੀਏ ਸਪੋਟਲਾਈਟ ਵਾਂਗੂ ਨਾਮ ਜਗਦੇ ਆ ਬੱਲੀਏ ਅੱਜ BSF ਕੇ 54ਵੇਂ ਰੇਜਿੰਗ ਡੇ ਕੇ ਅਵਸਰ ਪਰ ਆਜ ਹਮਨੇ ਯਹਾਂ ਬੜੇ ਖਾਣੇ ਕਾ ਆਯੋਜਨ ਕੀਆ ਹੈ ਜਿਸਮੇ ਸਭੀ ਰੈਂਕਸ ਇਕੱਠੇ ਬੈਠ ਕਰ ਖਾਣਾ ਖਾਤੇ ਹੈ ਔਰ ਇਸਕੇ ਸਾਥ ਸਾਥ ਕਲਚਰਲ ਪ੍ਰੋਗਰਾਮ ਕਾ ਵੀ ਅਰੇਂਜਮੈਂਟ ਕੀਆ ਹੈ ਔਰ ਆਜ ਕੇ ਦਿਨ ਮੈਂ ਹਮਾਰੇ ਸਭੀ ਅਫਸਰਸ ਜਵਾਨੋਂ ਕੋ ਉਨਕੀ ਫੈਮਿਲੀਜ਼ ਕੋ ਔਰ ਪੂਰੇ ਦੇਸ਼ ਕੋ ਆਜ ਇਸ BSF ਕੇ ਰੇਜਿੰਗ ਡੇ ਕੀ ਬਧਾਈ ਔਰ ਸ਼ੁਭਕਾਮਨਾਏ ਦੇਣਾ ਚਾਹਤਾ ਹੂੰ ਔਰ ਇਸਕੇ ਸਾਥ ਸਾਥ ਹਮ ਹਮਾਰੇ ਸਾਥੀ ਜਿਨ੍ਹੋਂਨੇ ਦੇਸ਼ ਕੀ ਸੀਮਾਓਂ ਕੀ ਰਕਸ਼ਾ ਕੇ ਲੀਏ ਆਪਣੀ ਆਹੂਤੀ ਦੀ ਹੈ ਆਪਣਾ ਬਲੀਦਾਨ ਦੀਆ ਹੈ ਉਨ ਸਭ ਕੋ ਵੀ ਨਮਨ ਕਰਤੇ ਹੈ ਔਰ ਸ਼ਰਧਾਂਜਲੀ ਦੇਤੇ ਹੈ ਔਰ ਸਾਥ ਮੇਂ ਹਮਾਰੇ ਜੋ ਵੈਟਰਨ ਜਿਨ੍ਹੋਂਨੇ ਆਜ ਇਸ ਫੋਰਸ ਕੋ ਇਸ ਲੈਵਲ ਤੱਕ ਫਲੈਗ ਕੋ ਹਾਈ ਰੱਖਾ ਹੈ ਉਨ ਸਭ ਕੋ ਵੀ ਹਮ ਯਾਦ ਕਰਦੇ ਹਾਂ। ਅੱਜ ਬਹੁਤ ਹੀ ਖੁਸ਼ੀਆਂ ਭਰਿਆ ਦਿਹਾੜਾ ਹੈ ਕਿ ਪੂਰੇ ਹਿੰਦੁਸਤਾਨ ਦੇ ਵਿੱਚ BSF ਜਿਸ ਦਿਨ ਰੇਜ਼ ਕੀਤੀ ਗਈ ਸੀ ਉਸ ਦੀ ਅੱਜ ਜੋ ਹੈ ਬੜੀ ਸ਼ਾਨੋ ਸ਼ੌਕਤ ਦੇ ਨਾਲ ਅਸੀਂ ਅਜਨਾਲਾ ਦੀ ਸਰਜ਼ਮੀਂ ਦੇ ਉੱਤੇ ਮਨਾ ਰਹੇ ਹੈਗੇ ਔਰ ਮੈਨੂੰ ਬਹੁਤ ਹੀ ਖੁਸ਼ੀ ਹੈ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਕੇ ਕਿ BSF ਦੀ ਜੋ ਯੂਨਿਟੀ ਹੈ ਔਰ ਜੋ ਦੇਸ਼ ਦੇ ਪ੍ਰਤੀ ਇਹਨਾਂ ਦੀ ਨਿਸ਼ਠਾ ਹੈ ਔਰ ਜਿਸ ਤਰ੍ਹਾਂ ਦੇ ਨਾਲ ਬਾਰਡਰ ਦੇ ਉੱਤੇ ਸਾਡੀ ਰੱਖਿਆ ਕਰਦੇ ਹੈ ਇਹ ਸਾਰੇ ਹੀ ਅੱਜ ਦੇ ਦਿਨ ਉਚੇਚੇ ਤੌਰ ਦੇ ਉੱਤੇ ਬਹੁਤ ਜ਼ਿਆਦਾ ਵਧਾਈ ਦੇ ਪਾਤਰ।